ਕਹਿੰਦੀ ਚਮ ਚਮ ਨੂੰ ਦਿਲ ਕਰਦਾ ਮੈਂ ਟੇਸਟ ਕਰਾਉਂ ਦਿੰਦੀ ਹਾਂ, ਮੈਂ ਟੇਸਟ ਕਰਾਉਂ, ਮੈਂ ਤਾਂ ਦਿਓ ਇੱਕ ਹੁਣ ਕਿਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਨਾ ਇਹਨੇ ਕੋਈ ਬੋਲਿਆ ਇੱਧਰ ਤਾਂ ਆਪਣੇ ਪਲਾਟ 'ਚ ਮਿੱਟੀ ਪੈ ਗਈ, ਜਿਹੜਾ ਨਵਾਂ ਸੀਗਾ ਪਲਾਟ ਇਹ ਤਿੰਨ ਮਰਲੇ ਹੋਰ ਲਿਆ ਸੀਗਾ ਜਿਹੜਾ ਵੱਖਰਾ, ਪਹਿਲਾਂ ਆਹੋ ਸੀ ਨਾ ਸਾਡਾ ਚੌਰਸ ਪਲਾਟ, ਫਿਰ ਆਹ ਤਿੰਨ ਮਰਲੇ ਹੋਰ ਲਿਆ ਅਤੇ ਅਗਰ ਆਹ ਵਾਲੇ ਕੀਤੇ ਇੱਕ ਆ ਵਾਲਾ ਕੀਤਾ ਇੱਕ ਆਹ ਵਾਲਾ ਇਹ ਕੀਤਾ ਇਹਨੇ ਲਿਪਸਟਿਕ ਬੁੱਲਾਂ ਤੇ ਲਈ ਜੀ ਪੂਜਾ ਖੋਲ ਕੇ ਦੇ ਲਾ 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 ਲਿਪਸਟਿਕ ਲਾ ਹੋਰ ਕਿੱਦਾਂ ਲਾਈ ਅੱਗੇ ਕੀ ਦੱਸਿਆ ਖਿੱਚਾਂ ਲਾਈਆਂ ਸਲਕੀ ਕੀਤੀ ਫੇਰ ਪੱਟੀਆਂ ਕੀਤੀਆਂ ਨੁਕਸ ਕੀ ਆਇਆ ਵਾ ਮੈਂ ਧੋਣ ਦੇ ਬੜੇ ਵਧਣ ਨਿਕਲੇ ਉਹਨੇ ਐਮ ਕਰਕੇ ਨਾ ਐਮ ਕਿਹੜਾ ਕਜਾ ਮਾਰਿਆ ਬੜੀ ਤੁਰ 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 ਹੋਇਆ ਫਿਰ ਮੁਕੇ ਐਮ ਕੀਤਾ ਤੁਰ 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 ਮੈਂ ਤਾਂ ਕਿਹਾ ਟੁੱਟ ਜਾਣੀ ਪਰ ਉਹ ਕਹਿੰਦੇ ਢਿੱਲੀ ਰਿਲੈਕਸ ਅਤੇ ਬੜੇ ਨਿਕਲੇ ਪਟਾਕੇ ਜੇ ਅਤੇ ਉਹਦੇ ਨਾਲ ਮੈਨੂੰ ਨਾ ਧੋਣ ਨੂੰ ਬੜਾ ਫਰਕ ਪਿਆ ਨੁਕਸ ਕੀ ਆਇਆ ਬਾਂਹ ਦੇ ਵਿੱਚ ਨਬਜ ਨੁਬਜ ਕੋਈ ਨਬਜ ਕਹਿਣ ਨਾੜ ਦੱਬੀ ਗਈ ਕੋਈ ਕਹਿੰਦਾ ਤੁਸੀਂ ਐਂ ਕਦੇ ਸੌਂਗੇ ਜੇ ਤੇ ਨਾੜ ਤੁਹਾਡੀ ਕੋਈ ਬਲੌਕ ਹੋਈ ਉਹ ਦੱਬੀ ਗਈ ਆ ਅਤੇ ਉਹਦੇ ਨਾਲ ਹੀ ਤੁਹਾਡੀ ਬਾਂਹ ਸਾਰੀ ਜਿਹੜੀ ਆ ਮੋਢੇ ਨੂੰ ਦਰਦ ਹੁੰਦੀ ਹੁਣ ਪੱਟੀਆਂ 'ਚੋਂ ਇੰਨਾ ਕੀ ਅੱਗ ਜਿੱਦਾਂ ਬਣ ਗਈ ਇੱਦਾਂ ਹਾਲ ਬਹੁਤ ਜ਼ਿਆਦਾ ਬਹੁਤ ਖਿੱਚਾ ਉਹਨੇ ਐਨ ਥੋੜ੍ਹੀ ਜਿਹੀ ਨੂੰ ਪਾ ਕੇ ਕਿਤੇ ਕਿਸੇ ਥੱਲੇ ਰੱਖਦਾ ਉਹ ਕਿੰਨੀ ਕੁ ਵਾਰੀ ਪ੍ਰੈਸ ਜੀ ਕਰਕੇ ਹੌਲੀ 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 ਧੂ ਕੇ ਫਿਰ ਮੁਕੇ ਰੈਸਟ ਕਰੇ ਫਿਰ ਜਿੱਦਾਂ ਫਿਰ ਉਹਨੇ ਪਾਣੀ ਦਾ ਸੇਕ ਫਿਰ ਉਹਨੇ ਇੱਕ ਐਡੀ ਗੋਲ ਟਿੱਕੀ ਜੀ ਇਹਨੂੰ ਟੂਬ ਜੀ ਲਾ ਦਿੰਦੀ ਇੱਕ ਇੱਥੇ ਲਾ ਤੀ ਅਤੇ ਟੇਬਲ ਵਾਤੀ 2 ਇੰਚੀ ਚੌੜੀ ਟੇਬਲ ਫਿਰ ਇੱਕ ਇੱਥੇ ਲਾ ਤੀ ਟਿੱਕੀ ਜੀ ਇੱਕ ਫਿਰ ਇੱਥੇ ਮੋਢੇ 'ਤੇ ਉਹ ਜਿੱਦਾਂ ਕੰਬ ਆ ਜਿੱਦਾਂ ਕਰੰਟ ਪੈਂਦਾ ਕੋਈ ਕੈਂਪ ਕੰਪਨੀ ਉੱਥੇ 50 ਰੁਪਏ ਫੀਸ ਉੱਦਾਂ ਹੀ ਲੈਣ ਡੇ ਨਿਗਾ ਚੱਕ ਪੈਸੇ ਨਿਗਾਹ ਚੱਕ ਯਾਰ ਬਾਹਰੋਂ ਕਰਾ ਲੈਂਦੇ ਨਾਲ ਹੀ ਐਨਕ ਬਣਦੇ ਰਹਿੰਦੇ ਕੰਮ ਨਿਬੇੜ ਆਉਂਦੇ ਤੁਸੀਂ ਵੀ ਪਤਾ ਨੀ ਕੀ ਕਰਦੇ ਰਹਿੰਦੇ ਜੀ ਯਾਰ 720 ਨਿਗਾਹ ਦੇ ਯਾਰ ਕਿੰਨੇ ਪੈਸੇ 50 ਰੁਪਏ ਐਨਕ ਯਾਰ ਉਦੋਂ ਉਹਨੇ ਉਹਨੇ ਕਿਹੜੀ ਉਸੇ ਦੇ ਦੇਣੀ ਉਹਨੇ ਆਖਣਾ 100 ਰੁਪਏ ਹੋਰ ਜਾਂ 100-200 ਦੇ ਦਿਓ ਜਮ੍ਹਾਂ ਕਰਾ ਦਿਓ ਅੱਧ ਰੁਪਈਆ 200 ਜਮ੍ਹਾਂ ਕਰਾਉਣਾ ਪੈਣਾ ਸੀ ਉੱਧਰੋਂ ਮੈਨੂੰ ਫੋਨ ਬਾਬਦਾ ਕਹਿੰਦਾ ਮਿੱਟੀ ਦੀ ਟਰਾਲੀ ਆ ਗਈ ਮੈਂ ਸੁੱਟ ਦੇ ਯਾਰ ਫਿਰ ਪੈਸੇ ਦੇ ਦਾਂਗੇ
ਅੱਛਾ ਸੁੱਟ ਗਿਆ ਉਹ ਮਿੱਟੀ ਦੀ ਟਰਾਲੀ? ਫਿਰ ਉਹ ਗਿਆ ਨਹੀਂ ਦਾ ਫੋਨ ਆਇਆ ਕਹਿੰਦਾ ਮਿੱਟੀ ਆਈ, ਮੈਂ ਸਟਾ ਦੇ ਕੋਈ ਗੱਲ ਨਹੀਂ ਪੈਸੇ ਉਹਨਾਂ ਕਰ ਲਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਚੱਲੇ ਹਾਂ ਥੋੜ੍ਹਾ ਜਿਹਾ ਮਾਰਕੀਟ ਸਮਾਨ ਲੈਣਾ, ਉੱਥੇ ਬਹੁਤ ਜ਼ਿਆਦਾ ਜ਼ਰੂਰੀ ਆ। ਅਤੇ ਉਹ ਸਮਾਨ ਡੈਡੀ ਕਹਿੰਦੇ, ਮੰਮੀ ਹੋਣੀ ਕਹਿੰਦੇ ਨੇ ਲੈ ਕੇ ਆਉਣਾ ਆ, ਬੈੱਡ ਸ਼ੀਟ ਵਗੈਰਾ ਹੋਰ ਆਪਣਾ ਸਮਾਨ ਲੈ ਕੇ ਆਉਣਾ ਵਾ। ਲੈ ਵੀ ਅੱਜ ਕਿੰਨੇ ਦਿਨਾਂ ਬਾਅਦ ਐਨਕ ਲਾ ਲਈ, ਐਨਕ ਬਾਬੂ ਬਣ ਗਏ। ਕਿੰਨੀਆਂ ਕੁੜੀਆਂ ਕਹਿੰਦੀਆਂ ਨੇ, ਉਹ ਕਹਿੰਦੇ ਵੀ ਦੀਦੀ ਨੂੰ ਕਿਹਾ ਕਰੋ ਹੇਅਰ ਸਟਾਈਲ ਚੇਂਜ ਕਰ ਲਓ, ਅਤੇ ਮੈਂ ਪਈ ਕਹਿੰਦਾ ਜੇ ਅਤੇ ਇਹ ਨਹੀਂ ਜੇ ਆਖੇ ਲੱਗਦੀ, ਅਤੇ ਤੁਸੀਂ ਸਮਝਾਓ ਇਹਨੂੰ ਹੈਂ। ਕਦੇ ਨਾ ਕਿੰਨੀ ਮੈਂ ਬਸ ਅਜੇ ਤਾਂ ਹੈਗੇ ਆਹ ਦੁਬਾਰਾ ਲਵਾਉਣੇ ਪੈਣੇ ਸੀਗੇ। ਚੱਲ ਚੱਲ ਤੁਰ ਪਾਵਾਂ ਛੇਤੀ ਕਰ, ਸਹੀ ਹੈ ਜੋ ਹੈਗਾ ਐਵੇਂ। ਜਾਣਾ ਕਿ ਨਹੀਂ ਜਾਣਾ? ਚਲੋ ਮਾਰ ਬੋ ਬੋ, ਉਹ ਜਾ ਪਖੰਡ ਜੇ ਕਰਨੇ ਇਹਦੇ ਵਾਹੁਣਾ ਇੱਥੇ ਸਿਰ ਗਾ, ਚੱਲ ਚੱਲੀਏ ਗਾ ਐਵੇਂ ਹੀ। ਫਿਰ ਹੀ ਬਾਈ ਜਾਓ, ਫਿਰ ਜਾਓ ਨਾ, ਜਾਣਾ ਇੱਥੇ ਗੁਰਦਾਸਪੁਰ ਰੋਡ 'ਤੇ ਆ, ਬਹੁਤ ਦੂਰ ਜਾਣਾ ਕਿਤੇ। ਮੰਮੀ ਤਾਂ ਆਈ ਆ, ਬਸ ਆਹੋ ਬਸ ਆਪਾਂ ਦੋ ਹੀ ਟਰੈਕ ਸੂਟ ਦੋ ਤਿੰਨ ਰੱਖੇ, ਬਸ ਉਹ ਪਾਲੀ ਦੇ ਧੋ ਲਿਆ ਪਾ ਲਿਆ, ਬਸ ਠੀਕ ਠੀਕ ਆ। ਆਉਂਦੀ ਆ ਗਰਮ ਜੁੱਤੀ ਪਾ ਕੇ ਜਾਣਾ, ਗਰਮ ਜੁੱਤੀ ਹੁਣ ਕੌਣ ਪਾਉਂਦਾ, ਕੋਈ ਵੀ ਨਹੀਂ। ਕਾਕਾ ਪੁੱਤ ਨੂੰ ਖਾਂਸੀ ਆਉਣ ਡੀ ਮੇਰੇ ਨੂੰ, ਮੇਰੀ ਦਵਾਈ ਸਾਰੇ ਲੈ ਕੇ ਆਏ ਹਾਂ ਜੀ। ਕਿੱਥੇ ਕਾਕਾ? ਸੀਟ ਬੈਲਟ ਲਾ ਲਾ ਮੰਮੀ, ਲਵਾਵਾਂ ਇੱਥੇ ਪੈਰਾਂ 'ਚ ਰੱਖ ਲਓ। ਚੱਲ ਚੱਲ ਦਾਦਾ, ਤੈਨੂੰ ਦਾਦਾ ਕਹਿੰਦੀ ਰਹਿੰਦੀ ਹੈ। ਚੱਲ ਚੱਲ ਚਲੋ ਬਹਿ ਜਾ, ਅਰਮਾਨ ਨਾਲ ਚੱਲੀਏ ਪੁੱਤ, ਇਹਨੂੰ ਪਰਾਂ ਕਰ ਹੱਥ ਇਹਦਾ ਯਾਰ, ਉਹ ਇਹਨੇ ਪਾੜ ਦੇਣਾ ਯਾਰ ਸਭ ਕੁਝ। ਅਸੀਂ ਜਾ ਰਹੇ ਹਾਂ ਹੁਣ ਮਾਰਕੀਟ, ਵੈਸੇ ਇੱਧਰ ਹੁਣ ਅੱਜ ਰਸ਼ ਨਹੀਂ ਗਾ ਨਾ, ਤੇ ਅੱਜ ਸੋਚਿਆ ਉਹਦਾ ਦੁਕਾਨਾਂ ਤੇ ਗੁਰਦਾਸਪੁਰ ਰੋਡ ਤੇ ਵੀ ਕਾਫੀ ਹੈਗੀਆਂ ਨੇ, ਤੇ ਸੋਚਿਆ ਚਲੋ ਉਧਰੋਂ ਕੁਝ ਹਟ ਕੇ ਤੇ ਕੁਝ ਨਵੀਂ ਦੁਕਾਨ ਤੇ ਜਾਂਦੇ ਆ, ਸ਼ਾਇਦ ਕੁਝ ਨਵਾਂ ਮਿਲ ਜੇ, ਚਾਦਰਾਂ ਕੁਝ ਨਵੀਆਂ ਮਿਲ ਜਾਣ, ਕਿਉਂਕਿ ਉਧਰ ਤੇ ਤੁਹਾਨੂੰ ਪਤਾ ਹੀ ਫਿਰ ਫਰਕ ਪੈਂਦਾ ਹੀ ਆ ਬਾਜ਼ਾਰ ਦੇ ਵਿੱਚ, ਕੁਝ ਚੀਜ਼ਾਂ ਮਤਲਬ ਨਵੀਆਂ ਤੇ ਉਧਰ ਥੋੜਾ ਓਲਡ ਪੁਰਾਣੀਆਂ, ਜਿਹਨੂੰ ਕਹਿੰਦੇ ਡਿਜ਼ਾਇਨਿੰਗ ਪੁਰਾਣੀ ਉਹ ਚੀਜ਼ਾਂ, ਤੇ ਇੱਧਰ ਡਿਜ਼ਾਇਨਿੰਗ ਕੁਝ ਨਵੀਂ ਮਿਲ ਜਾਂਦੀ, ਹੋਰ ਕੀ ਹੈ ਨਾਲੇ ਇੱਧਰ ਦੁਕਾਨਾਂ ਜ਼ਿਆਦੀਆਂ ਵੀ, ਜਿੰਨੀਆਂ ਮਰਜ਼ੀ ਦੁਕਾਨਾਂ ਫਿਰੋ ਪਸੰਦ ਕਰੋ ਚੀਜ਼ ਫਿਰ ਕੇ। ਤੇ ਹੁਣ ਆਪਾਂ ਗੁਰਦੁਆਰਾ ਨਾਮ ਚੇਤਾ ਭੁੱਲਣਾ ਕਿਹੜਾ, ਸਤ ਕਰਤਾਰੀਆ ਗੁਰਦੁਆਰਾ ਸਾਹਿਬ ਦੇ ਕੋਲੇ ਆ ਗਏ ਆਪਾਂ, ਆ ਗੁਰਦੁਆਰਾ ਸਾਹਿਬ ਸਤ ਕਰਤਾਰੀਆ, ਇੱਥੇ ਆਉਂਦੀ ਆ ਸੁਲਤਾਨਪੁਰ ਲੋਧੀ ਤੋਂ ਪਾਲਕੀ ਸਾਹਿਬ, ਜਦੋਂ ਬਾਬਾ ਜੀ ਦਾ ਵਿਆਹ ਹੁੰਦਾ ਨਾ ਉਦੋਂ ਵਿਆਹ ਪੂਰੇ ਬਾਬਾ ਜੀ ਦਾ, ਔਰ ਸਤ ਕਰਤਾਰੀਆ ਗੁਰਦੁਆਰਾ। ਅਸੀਂ ਕਹਿੰਦੇ ਪਏ ਆ ਕਿ ਇੱਧਰ ਰਸ਼ ਨੀ ਗਾ, ਪਰ ਗੱਡੀਆਂ ਲਾਉਣ ਵਾਸਤੇ ਕੋਈ ਜਗ੍ਹਾ ਨੀ ਬਚੀ, ਫੁੱਲ ਹੀ ਪਈ ਆ ਪਾਰਕਿੰਗ ਬਹੁਤ ਜ਼ਿਆਦਾ। ਲੈ ਵੀ ਗੱਡੀ ਬੜੀ ਮੁਸ਼ਕਿਲ ਲਾਈ ਇੱਧਰ ਸਾਈਡ ਲਗਾਈ ਆ,
ਹਲੋ ਹਲੋ ਸਤਿ ਸ਼੍ਰੀ ਅਕਾਲ ਜੀ। ਫੋਨ ਤੇ ਆ ਗਏ ਆਪਾਂ, ਆ ਗਏ ਸ਼ੋਅ ਵਾਲਾ ਮੰਮੀ ਫੋਨ ਆ ਜੀ ਵਾਲੇ ਹਨਾ ਲੱਡੂ ਵਾਲੇ ਸ਼ੋਅ। ਇੱਥੇ ਦੇਖਾਂਗੇ ਚਾਦਰਾਂ ਕਾਟਨ ਦੀ ਮੰਮੀ, ਕਾਟਨ ਦੀ ਮੰਮੀ ਸਾਰੀਆਂ ਕਾਟਨ ਦੀਆਂ ਲੈਣੀਆਂ ਮੰਮੀ, ਹੈ ਨੇ ਵਧੀਆ ਚ ਦਿਖਾਓ ਥੋੜੇ ਵਾਈਟ ਕਲਰ ਨਾ ਵੀ ਹਨਾ। ਹਾਂਜੀ ਹਰ ਨੂੰ ਕਹਿੰਦੀ ਮੈਂ ਨੀਚੇ ਉਤਾਰੋ, ਨੀਚੇ ਉਤਰਨਾ ਨਾ। ਇਹ ਕਿਹੜੀ ਕੰਪਨੀ ਆ, ਫਲੀਡਾ ਕਿਹੜੀ ਕੰਪਨੀ ਕਹਿਣ ਡਿਆ, ਰੋਮੀ ਵਾਈਟ ਆ ਪਰ ਸੋਹਣੀ ਕਿੰਨੀ ਆ ਵਾਲੀ। ਸੰਦੀਪ ਨੂੰ ਆਹ ਵਾਲੀ ਕਲਰ ਬੜਾ ਵਧੀਆ ਪਸੰਦ ਆਇਆ, ਇੱਧਰ ਲਾਈਨਾਂ ਨਹੀਂ ਹੈਗੀਆਂ ਤੇ ਹਨਾ ਲੈ ਲਓ। ਇਹਦੇ ਨਾਲ ਕਿੱਦਾਂ ਆ ਡਿਜ਼ਾਇਨਿੰਗ ਕਿਵੇਂ ਇਹਦੀ, ਕੁਛ ਬੋਲਣ ਡੇ ਜੀ ਕਵਾ ਚਾਦਰ ਹੋਰ ਦਿਖਾਈ ਆ ਮੈਨੂੰ ਕਹਿੰਦਾ ਸਤਾਇਆ ਤੇ ਹੁਣ ਮਸਤ ਹੋ ਗਈ। ਵੈਸੇ ਆ ਸੋਹਣੀ ਬੜੀ ਪਰ ਹੈ ਥੋੜੀ ਕਰੀਮ ਜੀ ਗੰਦੀ ਹੋ ਜਾਣੀ, ਪਿਆਰੀ ਬੜੀ ਹੈ ਨਾ ਸੋਹਣੀ ਏਦਾਂ ਬੜੀ ਹੈ। ਕਿੱਦਾਂ ਸਹੀ ਲੱਗੀ, ਆਹ ਲੈ ਲਾ ਵੇਖ ਲਿਓ ਵੀ ਹੁਣ ਚਿਹਰਾ ਉਹ ਤੇ ਮੌਕੇ ਤੇ ਮੁੜ ਕੇ ਚੇਂਜ ਕਰ ਲਿਓ ਵੀ ਤਿੰਨ ਹਲੇ ਕੱਢੀਆਂ। ਨਾ ਕੀ ਕਰਨ ਡੀ ਆ ਕੁੜੀ ਹੋਏ ਮੰਮੀ ਕਹਿੰਦੀ ਰੈੱਡ ਕਲਰ ਲੈਣਾ, ਮੈਂ ਕਿਹਾ ਨਹੀਂ ਬਹੁਤਾ ਭੜਕਾਉ ਜਿਹਾ ਹੋ ਜਾਂਦਾ। ਓਏ ਮੈਂ ਹਰ ਕੋਣ ਨਾ ਪੁੱਤ ਨਾ ਖਰਾਬ ਨਹੀਂ ਕਰਨਾ ਕੀ ਆ ਆੜੀ ਸੋਹਣੀ ਏਦਾਂ। ਹਾਂ ਉਹ ਵੇਖ ਲੈਣਾ ਇੱਕ ਸਾਈਡ 'ਤੇ ਰੱਖ ਲਓ, ਕਿਹੜੀ ਤੁਹਾਨੂੰ ਪਸੰਦ ਆਉਂਦੀ ਮੁੜ ਕੇ ਕੱਢ ਲਵਾਂਗੇ। ਉਹ ਤਾਂ ਕੋਈ ਨਹੀਂ ਕਢਾ ਲਿਓ, ਹਰਗੁਣ ਬੜਾ ਸਤਾਉਣ ਡੀ ਆ ਕੀ ਕਰਨ ਡੀ ਆ ਪਰਲੇ ਪੰਨੇ ਪਛਾਣ ਨਾ ਡਿੱਗ ਪਿਆ ਸ਼ਰਟ ਵਾਲਾ ਹੈਗਾ। ਹੋਰ ਹੋਰ ਬਾਈ ਪੁੱਛਣ ਡਿਆ ਵਲੋਗਿੰਗ ਕਰਨ ਡੇ ਮੈਂ। ਹਾਂਜੀ ਹਾਂਜੀ ਸਿੰਗਲ ਬੈਡ ਦੀ ਲੱਗੇ ਵੇਖਣ, ਇੱਕ ਆ ਆ ਜੈਪੁਰ ਦਾ ਕੱਪੜਾ ਵਾ, ਪਰ ਇਹ ਸੰਦੀਪ ਜੈਪੁਰ ਦਾ ਕੱਪੜਾ ਜਿਹੜਾ ਖਰਾਬ ਹੋ ਜਾਂਦਾ ਏ, ਆਹ ਖਰਾਬ ਨਹੀਂ ਹੁੰਦਾ ਜੈਪੁਰ ਦਾ, ਜੈਪੁਰ ਦਾ ਅੱਛਾ ਅੱਛਾ ਠੀਕ
ਹੁਣ ਸਿੰਗਲ ਬੈਡ ਦੇ ਪਸੰਦ ਨਹੀਂ ਹੋਣੀਆਂ, ਪਸੰਦ ਕੋਈ ਕੀਤੀ ਸਿੰਗਲ ਬੈਡ ਦੀ ਕਿ ਨਹੀਂ ਅਜੇ? ਆਹ ਆਹੋ ਆਹ ਠੀਕ ਆ ਕਰ ਦੇ ਬਸ, ਬਿਨਾਂ ਪਿੱਲੂ ਲੈ ਕਿਉਂ ਆਹ ਕੀ ਫਿਰ ਹੈਂ? ਅੱਛਾ ਦੋ ਚਾਦਰਾਂ, ਇਹਦੇ ਨਾਲ ਫਿਰ ਸਰਾਣਾ ਨਹੀਂ ਲੈ, ਉੱਥੋਂ ਫਿਰ ਰੇਟ ਦੀ ਗੱਲ ਨਹੀਂ ਬਣੀ, ਇੱਥੋਂ ਹੁਣ ਮੰਮੀ ਹੋਣੀ ਲੱਗੀ ਦੇਖ ਚਾਦਰਾਂ। ਹਾਂਜੀ ਇਹ ਕਰਦੇ ਸਾਰਾ ਬੁੱਗਾ ਲਪੇੜਿਆ ਜੀ, ਚਚਕੀ ਕੀਤੀ ਸਾਰਿਆਂ ਅਗਰ ਆਹ ਵਾਲੇ ਕੀਤੇ ਇੱਕ ਆ ਸਿਗਨੇਚਰ ਦਾ, ਅੰਕਲ ਜੀ ਇੱਕ ਆਹ ਵਾਲਾ ਕੀਤਾ ਸਿਗਨੇਚਰ ਦਾ, ਇੱਕ ਆਹ ਵਾਲਾ 650 ਵਾਲੀ ਕਿੰਨੀ, ਇੱਕ ਆਹ ਵਾਲਾ ਤਿੰਨ ਇੱਕ ਸਾਡੇ ਸਾਰੇ। ਇਧਰ ਮੰਮੀ ਦੇਖ ਰਹੀ ਆ ਹੁਣ ਪਿੱਲੋ ਕਵਰ ਸਿੰਪਲ ਵਾਈਟ, ਉਹ ਸੰਧੀ ਦੁਕਾਨ ਤੇ ਮੋਟਰਸਾਈਕਲ ਦਾ ਬੜਾ ਰਸ਼ ਹੁੰਦਾ ਹੈ। ਅੱਜ ਮੰਮੀ ਨੇ ਮੈਂ ਖਵਾਵਾਂਗਾ ਟਿੱਕੀ, ਕਿਉਂਕਿ ਪਹਿਲਾਂ ਮੰਮੀ ਜੋਗੀ ਘਰ ਪੈਕ ਕਰਕੇ ਖੜੀ ਦੀ, ਅੱਜ ਇੱਥੇ ਖਵਾਵਾਂਗਾ ਮੈਂ, ਅੱਗੇ ਧੜ ਜਾਗੀ ਪੈਕ ਕਰਾ ਖੜੀ ਦੀ, ਅੱਜ ਇੱਥੇ ਖਵਾਉਣਾ। ਅਗਲੀ ਜਿਹੜੀ ਆ ਨਾ ਪਲੇਟ ਆ, ਦੋ ਮਿੰਟ ਰੋਕ ਕੇ ਬਣਾਇਆ ਹਰਪਣ ਦਾ, ਤਾਂ ਮੈਂ ਲੈ ਆਇਆ ਗੱਡੀ ਦੇ ਵਿੱਚ ਸਮਾਨ ਵੀ ਪਿੱਛੇ ਰੱਖ ਲਿਆ ਵਾ, ਅਤੇ ਮੰਮੀ ਹੁਣੀ ਟਿੱਕੀ ਸੰਦੀਪ ਅਤੇ ਮੰਮੀ ਟਿੱਕੀ ਖਾਣੀ ਨੇ, ਸੰਦੀਪ ਨੇ ਤਾਂ ਰੋਕ ਕੇ ਖਾਧੀ, ਉਹ ਕਹਿੰਦੇ ਮੈਂ ਰੋਕ ਕੇ ਖਾਣੀ ਕਿਉਂਕਿ ਹਰਗੁਣ ਨੂੰ ਫਿਰ ਸੰਦੀਪ ਨੇ ਚੱਕਿਆ ਸੀਗਾ, ਅਤੇ ਗੱਡੀਆਂ ਤਾਂ ਗੱਡੀਆਂ ਆ ਹੀ ਜਾਂਦੀਆਂ, ਨਿਕਲਦੀ ਕੋਈ ਹੈ ਨਹੀਂ, ਬਸ ਸੰਦੀਪ ਹੁਣੀ ਵੀ ਆ ਗਏ ਮੰਮੀ ਜੀ ਵੀ, ਅਤੇ ਹੁਣ ਜਾਮ ਲੱਗਾ ਹੋਇਆ ਅੱਗੇ, ਨਹੀਂ ਜਾਣਾ ਇਹਨੇ, ਇਹਨਾਂ ਨੇ ਜਾਣਾ, ਚਲੋ ਜਾਓ 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 ਭੱਜ 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 ਭੱਜ। ਇੱਧਰ ਦੇ ਆਪਣੇ ਪਲਾਟ 'ਚ ਮਿੱਟੀ ਪੈ ਗਈ, ਜਿਹੜਾ ਨਵਾਂ ਸੀਗਾ ਪਲਾਟ, ਇਹ ਤਿੰਨ ਮਰਲੇ ਹੋਰ ਲਿਆ ਸੀਗਾ ਜਿਹੜਾ ਵੱਖਰਾ, ਪਹਿਲਾਂ ਆਹੋ ਸੀ ਨਾ ਸਾਡਾ ਚੌਰਸ ਪਲਾਟ, ਫਿਰ ਆਹ ਤਿੰਨ ਮਰਲੇ ਹੋਰ ਲਿਆ, ਅਤੇ ਇਹਦੇ ਵਿੱਚ ਮਿੱਟੀ ਮੁੱਟੀ ਪੈ ਗਈ, ਹੁਣ ਬਸ ਪੱਧਰੀ ਕਰਨੀ ਹੁਣ ਤਾਂ ਬਸ, ਚੱਲ ਇਹ ਵੀ ਕੰਮ ਲਿਬੜ ਗਿਆ, ਪਰ ਕੰਧ ਨੂੰ ਧੱਕ ਵੱਜ ਗਈ, ਕੰਧ ਸਾਡੀ ਥੋੜ੍ਹੀ ਜਿਹੀ ਐਨ ਨੂੰ ਆ ਗਈ, ਬਾਹਰ ਨੂੰ ਆ ਗਈ ਮਾੜੀ ਜੀ, ਉੱਥੇ ਥੋੜ੍ਹੀ ਜਿਹੀ, ਕੋਈ ਗੱਲ ਨਹੀਂ ਇੱਕ ਦਾ ਵਾਰ ਲਾ ਕੇ ਅੰਦਰ ਨੂੰ ਕਰ ਲਾਂਗੇ, ਮੁੜਿਆ ਸੈੱਟ ਕਰ ਲਾਂਗੇ। ਮੰਮੀ ਹੋਣੀ ਕਹਿੰਦੇ ਪਲਾਟ ਵੇਖਣਾ, ਹੁਣ ਘਰ ਵੇਖਣਾ, ਪਲਾਟ ਹੀ ਮੂੰਹ 'ਚ ਨਿਕਲਦਾ, ਹੁਣ ਕਿਹਨਾਂ ਦਾ ਘਰ ਵੇਖਣਾ, ਹਾਂ ਲੈਂਟਰ ਲੂੰਟਰ ਖੁੱਲ੍ਹ ਗਿਆ, ਲੈ ਗਏ ਸਾਰਾ ਸਮਾਨ, ਆਹ ਗਾਡਰ ਗੁਡਰ ਬਸ ਰਹਿ ਗਏ, ਹੁਣ ਇਹ ਵੀ ਕੱਲ੍ਹ ਨੂੰ ਫੇਰਾ ਲਾ ਲੈਣਗੇ, ਪਲੇਟਾਂ ਜੀ ਸਾਰੀਆਂ ਲੈ ਗਏ ਲਾ ਕੇ ਹੁਣ, ਹਾਂ ਇੱਦਾਂ ਦਾ ਕੋਈ ਲੈਂਟਰ ਨਿਕਲਿਆ, ਲੈਂਟਰ ਤਾਂ ਸਾਫ਼ ਹੀ ਉੱਦਾਂ ਨਿਕਲਿਆ, ਹੈਂ ਗਿੱਲਾ ਤਾਂ ਯਾਰ ਪਾਣੀ ਥੋੜ੍ਹਾ ਖਿਲਾ ਰਿਹਾ ਸੀ, ਬੜਾ ਵਧੀਆ ਖਿਲਾਰਾ, ਉੱਦਾਂ ਇੱਟਾਂ ਰੋੜਿਆਂ ਦਾ ਬਹੁਤ ਹੀ ਹੋਈ। ਇੱਧਰ ਇੱਧਰ ਮੈਨੀ ਮੁਨੀ ਰੱਖਣਗੇ, ਮਾੜਾ ਮਾੜਾ ਸਮਾਨ ਰੱਖਣਾ ਆਪਣਾ ਕੋਈ ਨਾ ਕੋ, ਆਹ ਤਾਂ ਛੱਡਿਆ ਇੱਥੇ ਇਹਨਾਂ ਨੇ ਸ਼ੀਸ਼ਾ ਲਾਉਣਾ, ਮੈਲ ਸ਼ੀਸ਼ਾ ਲਾਉਣਾ ਇੱਥੇ ਬਸ, ਇੱਧਰ ਨੇਰ ਘੁੱਪ ਹੋਇਆ ਪਿਆ ਵਾ, ਚੱਲ ਵਧੀਆ ਉੱਦਾਂ ਸਾਫ਼ ਹੀ ਨਿਕਲਿਆ, ਸਾਰਾ ਲਿੰਟਰ ਸਾਫ਼ ਨਿਕਲਿਆ ਮਹਾਰਾਜ ਦੀ ਕਿਰਪਾ ਨਾਲ, ਇੱਧਰ ਵੀ ਸਾਫ਼ ਹੀ ਨਿਕਲਿਆ, ਇੱਧਰ ਵੀ ਸਾਫ਼ ਹੀ ਆ, ਆਹ ਜਿੱਦਾਂ ਗੱਡੀ ਲਾਉਣ ਵਾਸਤੇ ਜਗ੍ਹਾ ਬਣਾਈ ਨਾ, ਇੱਥੋਂ ਹੁਣ ਇਹਨਾਂ ਦੀ ਪੌੜੀ ਚੜ੍ਹਨੀ ਹੈ ਨਹੀਂ ਭਾਅ ਜੀ, ਹੁਣ ਦੀ ਇੱਥੋਂ ਐਂ ਨੂੰ, ਇੱਥੋਂ ਸਿੱਧਾ ਹੀ ਆ ਤਾਂ ਆਹ ਛੱਡਿਆ ਹੋਇਆ ਨਾ ਸਿਸਟਮ ਜਿਹਾ, ਇੱਥੋਂ ਇੱਦਾਂ ਕਰਕੇ ਪੌੜੀ ਚਾੜ੍ਹਨੀ ਇਹਨਾਂ ਨੇ, ਅਤੇ ਇੱਧਰਲੇ ਬੰਨੇ ਵਾਸ਼ਰੂਮ ਬਣਿਆ ਹੋਇਆ ਬਾਰ ਬਾਰ, ਲੈ ਡੈਡ ਜੀ ਬੈਡ ਸ਼ੀਟਾਂ ਕਰਾਂ, ਇੱਕ ਦੁਕਾਨ ਤੋਂ ਭਰਾਵਾ ਇਹ ਮੰਗੇ 4000 ਤੋਂ ਹਾਰੇ ਨਾ ਡੈਡ ਜੀ ਉਹ, ਅਤੇ ਉਹਦੇ ਨਾਲ ਦੀਆਂ ਬੈਡ ਸ਼ੀਟ ਆਪਾਂ ਅੱਗੋਂ ਜਾ ਕੇ ਲੈਂਦੀਆਂ ਸੇਮ ਉਹਦੇ ਨਾਲ ਦੀਆਂ, ਕੱਪੜਾ ਉਹੀ ਸੀਗਾ, ਅਤੇ ਉਹ ਡੈਡ ਜੀ 3200 ਰੁਪਏ ਦੇ, 800 ਰੁਪਏ ਵੱਲੋਂ ਬਚ ਗਿਆ ਹੈ, ਉਹ 3200 ਰੁਪਏ 'ਚ ਮੰਨ ਗਿਆ, ਅਜੇ ਮੈਂ ਉਹਨੂੰ ਕਿਹਾ ਮੈਂ ਭਾਅ ਜੀ ਪਹਿਲੀ ਵਾਰੀ ਆਏ ਹਾਂ ਆਪੇ ਲੈੱਸ ਕਰ ਦਿਓ, ਡੈਡ ਜੀ ਨੇ 3300 ਕਿਹਾ, ਫਿਰ ਮੈਂ ਵੀ ਐਵੇਂ ਉਹ ਫਿਰ ਮੈਂ 3200 ਕਿਹਾ ਮੰਨਦਾ ਨਹੀਂ, ਫਿਰ ਕਹਿੰਦਾ ਚਲੋ ਭਾਅ ਜੀ ਪਹਿਲੀ ਵਾਰੀ ਆਏ ਜੇ ਸੱਚੀ ਆ 100 ਰੁਪਇਆ ਹੁਣ ਉਹਦਾ ਕਰਕੇ ਛੱਡਿਆ ਤੁਹਾਨੂੰ ਜਿਹੜਾ ਤੁਸੀਂ ਪਹਿਲੀ ਵਾਰੀ ਆਏ ਜੇ,
ਕਹਿੰਦਾ ਨਹੀਂ ਤਾਂ 3300 ਹੀ ਫਿਕਸ ਹੋਇਆ। ਕਹਿੰਦਾ ਮੇਰੀ ਦੁਕਾਨ ਦਾ ਰੇਟ ਉੱਤੇ ਲਿਖਿਆ ਵੀ ਸੀ ਉਹਨੇ ਫਿਕਸ ਰੇਟ, ਕਹਿੰਦਾ 100 ਰੁਪਈਆ ਤੁਹਾਡੇ ਨਾਲ, ਮਤਲਬ ਤੁਸੀਂ ਆਏ ਜੀ। ਹਾਂ ਬਸ, ਅਤੇ ਫਿਰ ਵੀ ਠੀਕ ਆ, 800 ਰੁਪਈਆ ਬਚ ਗਿਆ। ਹੁਣ ਚੱਲੇ ਹਾਂ ਘਰੇ। ਇਹ ਕਹਿੰਦੀ ਮੈਂ ਦਾਦੇ ਕੋਲ ਰੁਕਣਾ ਹੈ, ਇਹਨੂੰ ਛੱਡ ਆਪੇ ਫਿਰ ਮਿੱਟੀ 'ਚ ਖੇਡਦੀ ਰਹੇ, ਬਹੁਤੀ ਗੱਲ ਹੀ ਕਰੇ ਹੱਥ ਚੁੱਕੀ ਹੈ। ਪਹਿਲਾਂ ਪਹਿਲਾਂ ਬੱਚੇ ਕਹਿੰਦੇ ਮਿੱਟੀ 'ਚ ਖੇਡਦੇ ਵੱਧਦੇ ਫੁੱਲਦੇ ਹੁੰਦੇ, ਮਗਰ ਹੀ ਲਿਆਵਾਂ ਲਫਾਫਾ ਫੜ ਕੇ। ਵਾਹ ਭਾਰੀ ਗਿਆ ਚਾਦਰਾਂ, ਹੈ ਨਾ, ਲਫਾਫਾ ਕਿੰਨਾ ਭਾਰਾ ਹੋ ਗਿਆ। ਉਹ ਹੌਲੀ ਹੁੰਦੀ, ਹਾਂ ਹਾਂ, ਫਲਾ ਫਲਾ ਕੁਵਾਰੇ। ਅੱਜ ਇਹਨਾਂ ਮੂੰਹ ਨੇ ਚਿੱਥ ਚਿੱਥ ਕੇ ਨੇ ਕਈ ਕੁਵਾਰੇ ਫਾੜਤੇ ਇਹਨੇ। ਕਿਹੜਾ ਲਾ, 5 ਦਿਨ ਹੋ ਗਿਆ ਇਹਨੂੰ, ਸਰਤਾਜ ਦਾ ਗਾਣਾ ਆ ਗਿਆ। ਅਤੇ ਸਰਤਾਜ ਦੀ ਮੂਵੀ ਆ ਰਹੀ ਹੈ ਕਲੀਜੋਟਾ 2, ਮੈਨੂੰ ਮੈਂ ਤਾਂ ਵਧੀਆ ਹੋ ਗਈ, ਪਹਿਲੀ ਵੀ ਵਧੀਆ ਸੀਗੀ, ਪਹਿਲਾਂ ਆਪਣਾ ਪਾਰਟੀ ਤਾਂ ਵਧੀਆ ਸੀਗਾ, ਹੁਣ 2 ਜਿਹੜਾ ਵੀ ਵਧੀਆ ਹੋਏਗਾ। ਅੱਗੇ ਪਤਾ ਕੋਈ ਨਹੀਂ, ਕਿੱਥੇ ਲਿਖਿਆ ਕਲੀਜੋਟਾ 2? ਅੱਛਾ ਅੱਛਾ, ਸਟਾਰਟਿੰਗ ਵਿੱਚ ਕਲੀਜੋਟਾ। ਹਾਂ ਆਹ ਵੀ ਬਹੁਤ ਸੋਹਣੀ ਲੱਗੀ, ਮੈਨੂੰ ਤੁਹਾਨੂੰ ਦੱਸਦਾ ਮੈਨੂੰ ਕਿਹੜੀ ਕਿਹੜੀ ਸੋਹਣੀ ਲੱਗੀ ਜ਼ਿਆਦਾ। ਇੱਕ ਮਿੰਟ, ਆਹ ਵੀ ਬੜੀ ਸੋਹਣੀ ਹੈ ਯਾਰ, ਸੋਹਣੀ ਤਾਂ ਆਹ ਵੀ, ਆਹ ਵੀ ਸੋਹਣੀ ਹੈ, ਆਹ ਰੰਗ ਕਾਫੀ ਗੂੜਾ ਉਦਾਂ, ਆਹ ਨਹੀਂ ਵਧੀਆ ਲੱਗੀ ਮੈਨੂੰ, ਮੈਨੂੰ ਆਹ 3 ਬਹੁਤ ਵਧੀਆ ਲੱਗੀਆਂ। 3 ਇੱਕ ਆ ਕਰਦੀ ਹੁਣ ਡੈਡੀ ਜੀ ਨੇ ਦਿਖਾ ਦਈਏ ਚਾਦਰਾਂ, ਵੇਖ ਲਓ ਡੈਡੀ ਜੀ ਭਾਰੀਆਂ ਬੜੀਆਂ ਦਾ ਵੀ, ਮੈਂ ਤਾਂ ਆਪ ਸੋਚਿਆ ਮੈਂ ਵੀ ਹੌਲੀਆਂ ਹੋਣੀਆਂ, ਬੜੀਆਂ ਭਾਰੀਆਂ ਗੁਰੂਆ। ਆਹ ਸਿੰਗਲ ਬੈੱਡ ਦੀ, ਸਿੰਗਲ ਦੀ ਨਾ ਵੀ, ਆਹ ਸਿੰਗਲ ਦੀ ਉਹੋ ਹੀ ਹੈ ਬੈੱਡ ਦੇ ਉੱਤੇ ਜਿੱਦਾਂ ਤਿਲਕ ਦੀਆਂ ਚਾਦਰਾਂ, ਤਾਂ ਕਹਿੰਦਾ ਵਾਪਸ ਦੇ ਜਿਓ, ਦਾਗ ਦੂਣ ਲੱਗੇ ਮੈਨੂੰ ਵਾਪਸ ਕਹਿੰਦਾ ਦੇ ਜਿਓ। ਹਾਂ ਆਪਾਂ ਉਰਲੀ ਦੁਕਾਨ ਤੋਂ ਵੇਖਣ ਦੇ, ਉਹ ਡੈਡ ਜੀ 4000 ਰੁਪਈਏ ਕਵੇ, ਅਤੇ ਕਿਉਂਕਿ ਮੰਮੀ ਨੇ ਤੁਹਾਨੂੰ ਪਤਾ ਵੀ ਕਿਹੜੀ ਚਾਦਰ ਕਿੰਨੇ ਕੁ ਰੇਟ ਤੱਕ ਹੈਗੀ ਹੈ ਵੀ, ਅਤੇ ਨਹੀਂ ਅਸੀਂ ਦਿੱਤੇ ਨਹੀਂ ਪੈਸੇ, ਅਤੇ ਉਰਾਂ ਆਏ ਅਤੇ ਫਿਰ ਆਪਾਂ ਨੂੰ 3200 ਰੁਪਏ ਦੇ ਵਿੱਚ ਮਿਲ ਗਈਆਂ ਏ, ਕੱਢਣ ਦੀ ਭਾਵੇਂ ਲੋੜ ਨਹੀਂ ਆਵੇ, ਡੈਡ ਜੀ ਉੱਤੇ ਵੀ ਆਵੇ ਬਣਿਆ ਹੋਇਆ ਆਵੇ, ਹੈ ਨਾ, ਕੱਢਣ ਦੀ ਲੋੜ ਹੀ ਨਹੀਂ, ਮੈਂ ਮੁੜ ਕੇ ਫਿਰ ਜੋੜਨੀ ਜੀ ਔਖੀ ਹੋ ਜਾਂਦੀ ਹੈ, ਬਾਕੀ ਵੇਖਣੀ ਜੇ ਕੱਢ ਕੇ ਵੇਖ ਲਓ। ਇੱਕ ਆ ਸਾਰੀਆਂ ਇਹ ਆਹ ਮੈਨੂੰ ਬੜੀ ਪਸੰਦ ਆਈ, ਆਹ ਵੀ ਆਹ ਵੀ ਇਹਦੀ ਡਿਜ਼ਾਇਨਿੰਗ ਆ ਸਹੀ ਹੈ ਨਾ, ਇੱਕ ਹਾਂ ਵੀ ਕੰਪਨੀ ਸੇਮ ਹੈ, 3 ਇੱਕੋ ਜਿਹੀਆਂ ਲੈਂਦੀਆਂ, ਇੱਕ ਆ 100 ਰੁਪਈਏ ਥੋੜ੍ਹੀ ਮਹਿੰਗੀ ਆ, 100 ਰੁਪਈਏ ਮਹਿੰਗੀ। ਆਹ 100 ਰੁਪਇਆ ਮਹਿੰਗੀ ਬਸ, ਇਹ ਪਤਾ ਨਹੀਂ ਕਿਹੜੀ ਕੰਪਨੀ ਦੀ, ਇਹ ਨਹੀਂ ਪਤਾ ਪਤਾ ਹੁਣ। ਬਸ ਆਹ ਪਿੱਲੋ, ਆਹ ਸਰਾਣੇ ਦੇ ਕਵਰ ਵਿਕਰੇ ਦੀ ਕਢਾਈ ਹੋਈ ਉੱਤੇ, ਆਪਾਂ ਨੂੰ ਇਹ ਵੀ ਬੜੇ ਵਧੀਆ ਰੇਟ 'ਚ ਮਿਲ ਗਏ, 350 ਰੁਪਏ ਨਹੀਂ ਦਿੱਤਾ ਨਾ, ਇਹ ਕਿੰਨੇ ਪੀਸ ਹੋ ਗਏ, 6, ਹਾਂ 6 ਆ ਸਰਾਣੇ, ਸਰਾਣੇ ਦੇ ਕਵਰ, ਹਾਂ ਇੱਦਾਂ, ਹਾਂ ਹਾਂ ਬਸ, ਹਾਂ ਜੋੜੀ ਹੈ ਚਿੱਟਾ ਚਿੱਟਾ ਹੈ, ਜੋੜੀ ਜੋੜੀ ਹਵੀ ਜੋੜੀ, ਹਵੀ ਜੋੜਾ, ਮਤਲਬ ਇਹਦੇ ਵਿੱਚ ਲਿਆ ਕੇ ਸਰਾਣੇ ਪਾ ਦਾਂਗੇ ਨਾ, ਮੇਰਾ ਤਾਂ ਲਿਆਂਦੇ ਆ, ਇਹ ਤਾਂ ਮਤਲਬ ਵੀ ਕਵਰ ਹੀ ਹੈ ਕਿ ਉੱਤੋਂ ਦੀ ਮੁੜ ਕੇ ਹੋਰ ਚਾੜਦੇ ਜਿੱਦਾਂ ਮਰਜ਼ੀ, ਜੋ ਮਰਜ਼ੀ ਕਰੇ ਸਹੀ ਹੈ ਨਾ। ਬਾਕੀ ਜਾ ਕੁਰਸੀਆਂ ਕੁਰਸੀਆਂ ਜਿਹੀ ਵਿੱਚ ਲਿਆਂਦੀਆਂ ਬਸ, ਹੋਰ ਕੁਛ ਨਹੀਂ।
ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਨਾ ਇਹਨੇ ਕੁਝ ਬੋਲਿਆ ਹੈਂ ਨਹੀਂ ਹੁਣ ਕਦੇ ਚੱਲੇ ਆਪਾਂ ਪੈਟੀ ਲੈ ਹੈਂ ਪੈਟੀ ਪੈਟੀ ਲੈਣ ਵਾਸਤੇ ਇਹ ਕਹਿਣ ਦੀ ਖਾਣੀ ਹੈ ਪੈਟੀ ਅਤੇ ਉਹ ਹੁਣ ਡੈਡੀ ਕਹਿੰਦਾ ਜਾ ਲਿਆ ਦੇ ਉੱਦਾਂ ਮੈਂ ਨਹੀਂ ਲਿਆ ਡੈਡੀ ਕਹਿੰਦੇ ਚੱਲ ਲਿਆ ਦੇ ਕੋਈ ਗੱਲ ਨਹੀਂ ਹੁਣ ਚੱਲੇ ਹਾਂ ਦੋ ਜਣੇ ਚੱਲੇ ਪੈਟੀ ਲੈਣ ਵਾਸਤੇ ਕਮਾਲ ਹੋ ਗਈ ਆ ਵੀ ਕਿੰਨੀਆਂ ਲਿਆਉਣੀਆਂ ਆਹੋ ਮੈਂ ਕਹਿੰਦਾ ਵੇਖੀ ਸੀ ਪ੍ਰਭਾਤ ਫੇਰੀ ਲੱਗੀਆਂ ਹੋਣਗੀਆਂ ਸਾਰੇ ਸਾਰਾ ਮੁਹੱਲੇ ਨੂੰ ਖਵਾਓ ਪੈਟੀਆਂ ਆਹ ਦੋ ਦੋ ਪੈਟੀਆਂ ਅਤੇ ਹੋਰ ਕੀ ਪੁੱਛ ਲੈ ਕੀ ਕਹਿੰਦੇ ਸੈਂਡਵਿਚ ਹੀ ਮਿਲ ਜੂਗਾ ਪਰ ਉਹ ਚਿੱਟਾ ਜਿਹਾ ਨਹੀਂ ਯਾਰ ਉਹ ਨਹੀਂ ਸਹੀ ਲੱਗਦਾ ਸੈਂਡਵਿਚ ਹੋਰ ਮਲਟ ਵਾਲਾ ਲੱਗਾ ਮੈਡਮ ਹੈਂ ਰਬੜੀ ਦਾ ਮੈਨੂੰ ਚਿੱਤਾ ਆ ਗਿਆ ਮੰਮੀ ਮੰਮੀ ਨੇ ਰਬੜੀ ਖਾਧੀ ਦੇਖਿਆ ਕਿੰਨੀ ਤੰਗ ਹੋਈ ਰਾਤ ਮੁੜ ਕੇ ਹੋਸਪਿਟਲ 'ਚ ਲਈ ਫਿਰਦੇ ਸੀ ਜੀਜਾ ਕਹਿੰਦਾ ਰਬੜੀ ਬੜੀ ਖੁਸ਼ ਹੋ ਖਾਂਡੇ ਅੱਜ ਦੁੱਧ ਪੀਤਾ ਆਹ ਦਰਬਾਰ ਸਾਹਿਬ ਉਦੋਂ ਐਂ ਬਹਿ ਕਹਿੰਦਾ ਦੋਵੇਂ ਜਣੇ ਐਂ ਰਬੜੀ ਖਾਂਡੇ ਉਹ ਖਾਣ ਬਣੇ ਜੀ ਕਹਿੰਦੀ ਚਮ ਚਮ ਦਿਲ ਕਾਂਡਾ ਮੈਂ ਟੇਸਟ ਕਰਾਉਂਦੀ ਹਾਂ ਮੈਂ ਟੇਸਟ ਕਰਾਉਣਾ ਤਾਂ ਦਿਓ ਇੱਕ ਨਹੀਂ ਉਹਨਾਂ ਨੇ ਕਹਿਣਾ ਵਾਕਬ ਨੇ ਵੱਧ ਤਾਂ ਪੈਸੇ ਲੈ ਲੈਣਗੇ 10 ਰੁਪਏ ਦੇ ਦਾਂਗੇ 10-20 ਰੁਪਏ ਨਹੀਂ ਪੈਕ ਕਰਨਾ ਪੈਕ ਮੈਂ ਕਿਹਾ ਇਹਨਾਂ ਨੇ ਸਾਰਿਆਂ ਜਾਣੇ ਨੇ ਆਪਾਂ ਆਪਣੀ ਕੋਈ ਨਾ ਕੋਈ ਚੀਜ਼ ਖਾ ਲੈਣੀ ਅਤੇ ਮੈਂ ਮੈਂ ਵੀ ਖਾ ਲਾਂਗੀ ਮੈਂ ਲੱਗਾ ਹੁਣ ਆਪਣੇ ਵਾਸਤੇ ਰਸਮ ਲਈ ਕਰਵਾਈ ਮੈਨੂੰ ਕਹਿੰਦਾ ਕਿੰਨੇ 2 ਕਰ ਲਿਆ 3 ਪੀਸ ਮੈਂ ਸਿਹਤ ਦੇ ਹਿਸਾਬ ਨਾਲ ਇੱਕੋ ਹੀ ਵੀਰ ਖਾਧਾ ਜਾਣਾ ਜੀ ਹਾਂ ਦੇ ਦਿਓ ਦੇ ਦਿਓ ਨਾ ਖਾ ਕੇ ਵੇਖ ਲੈ ਥੋੜ੍ਹੀ ਖਾ ਕੇ ਵੇਖ ਲੈਣਾ ਸਵਾਦ ਆ ਕਿ ਨਹੀਂ ਹੈ ਟੇਸਟ ਕਿਵੇਂ ਮੰਨਦੀ ਕਿ ਸਵਾਦ ਆ ਐਨਕਾਂ ਤੋੜ ਕੇ ਸੁੱਟ ਦਿੱਤੀਆਂ ਸਾਰੀਆਂ ਖਰਾਬ ਹੀ ਕਰਤੀਆਂ ਹੁਣ ਪਤਾ ਨਹੀਂ ਕੀ ਗੱਲਾਂ ਕਰਦੀ ਵੇਖਿਓ ਕੀ ਬੋਲਦੀ ਆ ਵੇਖੀ ਸਹੀ ਵੇਖਿਓ ਪੈਟੀ ਜੀ ਲਿਆਂਦੀ ਹੈ ਕਹਿੰਦੀ ਖਾਣੀ ਡੈਡ ਚੁੱਕੀ ਫਿਰ ਲੈਂਦੀ ਇੱਕ ਪਤਾ ਲੱਗਦਾ ਵੀ ਇਹ ਥੋੜ੍ਹੀ ਠੀਕ ਹੀ ਬਣੀ ਫਰੈਸ਼ ਹੀ ਕੰਮ ਲੈ ਹੁਣ ਕਈ ਜਾਣਿਆਂ ਨੂੰ ਜਿਹੜੀਆਂ ਚਾਦਰਾਂ ਉਹ ਬੜੀਆਂ ਪਸੰਦ ਆਈਆਂ ਹੁਣ ਕਹਿੰਦੇ ਕਈ ਜਣੇ ਪੁੱਛਦੇ ਨੇ ਤੁਸੀਂ ਕਿੱਥੋਂ ਲੈ ਕੇ ਕਿਹੜੀ ਦੁਕਾਨ ਸੀਗੀ ਦੁਕਾਨ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਆਪਾਂ ਚੱਕਰੀ ਬਾਜ਼ਾਰ ਵਾਂਗੂ ਸਿੰਬਲ ਚੌਂਕ ਦਾ ਬਾਜ਼ਾਰ ਵੱਲ ਜਾਂਦੇ ਗਾੜੀ ਪੋਲ ਆਉਂਦਾ ਨਾ ਉਸ ਤੋਂ ਅੱਗੇ ਆ ਜਾਂਦੀਆਂ ਨੇ ਚਮੜੇ ਦੀਆਂ ਜਿਹੜੀਆਂ ਜੁੱਤੀਆਂ ਬਣਦੀਆਂ ਲੱਕੀ ਜੁੱਤੀਆਂ ਲੇਡੀਜ਼ ਜੈਂਟਸ ਜਿੱਥੋਂ ਮਿਲਦੀਆਂ ਇਕੱਠੀਆਂ 3-4 ਦੁਕਾਨਾਂ ਆਉਂਦੀਆਂ ਨਾ ਉਹ ਦੁਕਾਨਾਂ ਲੰਘ ਕੇ ਅਗਲੇ ਬੰਨੇ ਦੁਕਾਨ ਆ ਠੀਕ ਹੈ ਵੀ ਥੋੜ੍ਹਾ ਅੱਗੇ ਜਾ ਕੇ ਨਾਲ ਹੀ ਦੁਕਾਨ ਆ ਮੁੜ ਕੇ ਉਹ ਪਹਿਲੀ ਨਿਸ਼ਾਨੀ ਦੁਕਾਨ ਦੀ ਪਤਾ ਕੀ ਹੈ ਬਸ ਉਹ ਭੁੰਜੇ ਹੀ ਗੱਦੇ ਲਾਏ ਉਹਨਾਂ ਅੰਦਰ ਦੋ ਗੱਦੇ ਲਾਏ ਅਤੇ ਉੱਥੇ ਹੀ ਚਾਦਰਾਂ ਵਿਖਾਉਂਦੇ ਨੇ ਭੁੰਜੇ ਹੀ ਹਾਂ ਅਤੇ ਛੋਟਾ ਮਤਲਬ ਜਿੱਦਾਂ ਤੁਸੀਂ ਲੈ ਲਓ 15x15 ਦੀ ਦੁਕਾਨ ਜੀ ਹੋਣੀ ਹਾਲ ਜਿਹਾ ਵਾ ਬਸ ਇੱਦਾਂ ਆ ਅਤੇ ਨੇਚਰ ਵੀ ਵਧੀਆ ਬੰਦੇ ਦਾ ਬੜਾ ਨਾਈਸ ਆ ਮੈਂ ਤਾਂ ਕਦੀ ਲੈਪਟੋਪ ਨਹੀਂ ਆਪਣਾ ਖੋਲ੍ਹਿਆ ਅੱਜ ਖੋਲ੍ਹਿਆ ਕਿੰਨੇ ਚਿਰਾਂ ਬਾਅਦ